ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਠੀਕ ਠਾਕ ਹੋ ਮੇਰੇ ਭੈਣ ਭਰਾ? ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਦਾ ਵਲੌਗ ਹੈਗਾ, ਯਾਨੀ ਕਿ ਅੱਜ ਕਰ ਰਿਹਾ ਦਿਲ ਖੀਰ ਪੂੜੇ ਖਾਣ ਨੂੰ, ਕਿਉਂਕਿ ਸਾਉਣ ਦਾ ਮਹੀਨਾ ਜਿਹੜਾ ਹੈਗਾ ਚੜ੍ਹ ਗਿਆ ਹੋਇਆ, ਅਤੇ ਖੀਰ ਪੂੜੇ ਤੁਹਾਨੂੰ ਪਤਾ ਸਾਉਣ ਦੇ ਮਹੀਨੇ ਦੇ ਮਸ਼ਹੂਰ ਨੇ। ਅਤੇ ਸੋ ਅੱਜ ਬਣਾਉਂਦੇ ਹਾਂ ਖੀਰ ਪੂੜੇ, ਅਤੇ ਸਮਾਨ ਸਮੂਨ ਮੈਂ ਕਿਹਾ ਲੈ ਆਈਏ। ਪ੍ਰੀਤ ਨੂੰ ਮੈਂ ਕਿਹਾ ਤੂੰ ਤਿਆਰੀ ਕਰਕੇ ਰੱਖ, ਤਾਂ ਮੈਂ ਆਉਂਦਾ ਸਮਾਨ ਲੈ ਕੇ, ਅਤੇ ਫਿਰ ਆਪਾਂ ਬਣਾਉਂਦੇ ਹਾਂ ਖੀਰ ਪੂੜੇ। ਅਤੇ ਸੁਖਨਾ ਆਪਣੇ ਲਾਗੇ ਲਾਗੇ ਸਾਰੇ ਅੱਜ ਬ੍ਰਿਕਸ਼ ਵੀ ਲਾ ਦਿੱਤੇ ਗਏ ਆ, ਅਤੇ ਹੋਰ ਸੁਖਣਾ ਥੋੜ੍ਹੇ ਦਿਨਾਂ ਨੂੰ ਇਹ ਸੈਟਿੰਗ ਜੀ ਹੋ ਜੂਗੀ, ਕਿਉਂਕਿ ਕਹਿੰਦੇ ਸਾਉਣ ਦੇ ਮਹੀਨੇ ਜਿਹੜਾ ਬੂਟਾ ਲੱਗਾ ਹੁੰਦਾ ਨਾ, ਉਹ ਬਹੁਤ ਛੇਤੀ ਤੁਰਦਾ ਵਾ, ਰੁਕਿਆ ਹੋਇਆ ਬੂਟਾ ਵੀ ਕਹਿੰਦੇ ਸਾਉਣ ਦੇ ਮਹੀਨੇ 'ਚ ਤੁਰ ਪੈਂਦਾ, ਕਿਉਂਕਿ ਬਾਰਿਸ਼ਾਂ ਦੇ ਦਿਨ ਹੁੰਦੇ ਆ, ਇਸ ਕਰਕੇ ਸਾਉਣ ਦੇ ਮਹੀਨੇ 'ਚ ਜਿਹੜੇ ਵੀ ਬੂਟੇ ਲੱਗਦੇ ਨੇ ਤਕਰੀਬਨ ਜਿਹੜੇ ਨੇ ਚੱਲ ਪੈਂਦੇ ਨੇ ਵਧੀਆ। ਸੁਖਣਾ ਲਾਗੇ ਲਾਗੇ ਬੂਟੇ ਲੱਗ ਗਏ ਆਪਣੇ, ਔਖ ਸਾਰੇ ਆਲੇ ਦੁਆਲੇ, ਇੱਕ ਆਹ ਲੱਗ ਗਿਆ ਵਾ, ਇੱਕ ਉਹ ਆਪਣੇ ਘਰ ਦੇ ਬਾਹਰ ਲੱਗ ਗਿਆ, ਉਹ ਅਤੇ ਇੱਕ ਉਹ ਪਰਲੇ ਬੰਨੇ ਵੀ, ਇੱਕ ਦੋ ਇੱਕ ਇੱਧਰ ਲੱਗ ਗਿਆ, ਉਹ ਨੁੱਕਰ ਕੇ ਕਾ ਸਾਹਮਣੇ ਆਪਣੇ ਆਹ ਲੈਂਸ ਸਾਰੇ ਲੱਗ ਗਏ ਆ। ਉੱਧਰ ਹੁਣ ਉਹ ਪਰਲੀ ਗਲੀ 'ਚ ਵੀ ਟਾਇਲ ਲੱਗਣ ਡਈ ਆ, ਉਹ ਜਿਹੜੇ ਮਤਲਬ ਮਿਸਤਰੀ ਸਾਹਿਬ ਲਾਉਣ ਡੇ ਟਾਇਲ, ਹੁਣ ਉਹ ਪਰਲੀ ਗਲੀ 'ਚ ਲੱਗਣ ਡੀ ਟਾਇਲ। ਹਾਂਜੀ, ਠੀਕ ਠਾਕ ਜੀ, ਠੀਕ ਠਾਕ। ਗੁਰਬਾਜ ਸਾਹਿਬ ਵੀ ਪੁੱਛਣ ਦੇ, ਠੀਕ ਠਾਕ ਜੇ ਗੁਰਬਾਜ, ਪੁੱਛ ਲਾ ਠੀਕ ਠਾਕ ਜੇ। ਹੈਂ, ਕੀ ਕਹਿਣ ਡਿਆ ਉਹਨਾਂ ਨੂੰ? ਪਤਾ ਨਹੀਂ ਗੁਰਬਾਜ ਵੀਰਾਂ ਨੂੰ। ਮੌਸਮ ਵੀ ਸੁਹਾਣਾ ਹੋ ਰਿਹਾ ਵਾ, ਅਤੇ ਬੱਦਲ ਬੁੱਦਲ ਜਿਹੜੇ ਛਾਏ ਆ, ਥੋੜ੍ਹੇ ਬਹੁਤੇ ਸ਼ਰ ਮੀਂਹ ਮੂੰਹ ਪੈ ਜਾਵੇ ਤਾਂ ਵਧੀਆ ਹੋ ਜਾਏਗਾ, ਮੌਸਮ ਫਸਟ ਕਲਾਸ। ਹਾਂ, ਤਾਂ ਕਾਫੀ ਵੱਡਾ ਜਿਹਾ ਲੱਗ ਗਿਆ ਸੀ ਯਾਰ, ਕਾਫੀ ਤਕੜਾ ਜਿਹਾ ਬੂਟਾ ਹੈ, ਅਤੇ ਤਾਂ ਉਹਨੂੰ ਚਲ ਗਿਆ ਕੰਮ ਬਿਲਕੁਲ ਹੀ। ਇੱਧਰ ਆਓ ਗੁਰਬਾਜ ਸਾਹਿਬ, ਇੱਧਰ ਆਓ, ਚੱਲੇ ਇੱਧਰ ਆਓ, ਚੱਲੀਏ ਆ ਜਾਓ, ਆਓ ਉਹ ਬਾਈਕ ਆਪਣੀ ਬਾਈਕ 'ਤੇ ਚੱਲੀਏ, ਬਾਈਕ 'ਤੇ ਆ ਜਾਓ, ਅਤੇ ਹੁਣ ਆਪਾਂ ਲੈ ਜਾਈਏ ਸਮਾਨ। ਆ ਬੂਟੇ ਵਧੀਆ ਹੋ ਜਾਂਦੇ ਨਾ ਜਦੋਂ ਛਤਰੀ ਜੀ ਬਣ ਜਾਂਦੀ, ਗੋਲਾ ਜਿਹਾ ਬਣ ਜਾਂਦਾ, ਉਹ ਜਿਵੇਂ ਉਹ ਸਾਹਮਣੇ ਗੋਲੇ ਜਿਹੇ ਬਣੇ ਹੋਏ ਆ, ਉਹ ਪਰਲੇ ਬੰਨੇ ਇੱਦਾਂ ਦੇ ਹੋ ਜਾਂਦੇ ਸਾਰੇ, ਵਧੀਆ ਹੋ ਜਾਂਦੇ ਸਿਸਟਮ। ਹਾਂ, ਸਾਰੇ ਇੱਦਾਂ ਦੇ ਹੋ ਜਾਂਦੇ ਪੁੱਤ, ਸਾਰੇ ਇੱਦਾਂ ਦੇ। ਉੱਧਰ ਕਹਿੰਦਾ ਸੱਪ ਬੜੇ ਹੁੰਦੇ, ਇਹਨੇ ਵੇਖਿਆ ਨਾ ਇੱਕ ਦੋ ਵਾਰੀ ਸਨੇਕ, ਅਤੇ ਕਹਿੰਦਾ ਹੁੰਦੇ ਬੜੇ ਉੱਧਰ। ਚਲੋ ਆ ਜਾਓ ਫਿਰ। ਹਾਂ, ਅੱਜ ਤੋਂ ਬਾਗ ਲਾਗੋਂ ਲੰਘੀ ਜਾਣਾ, ਫਿਰ ਥੋੜ੍ਹੀ ਠੰਡੀ ਹਵਾ ਮਿਲਦੀ ਆ, ਨਹੀਂ ਤਾਂ ਬਹੁਤ ਬੁਰੇ ਹਾਲ ਗਰਮੀ ਨਾਲ ਯਾਰ, ਬਹੁਤ ਮਾੜਾ ਹਾਲ ਹੋਇਆ ਪਿਆ ਗਰਮੀ ਨਾਲ, ਬਹੁਤ ਜ਼ਿਆਦਾ। ਸੌਖਣਾ ਭਰੀ ਪਈ ਨੱਪੋ ਨੱਕ, ਪੂਰੀ ਫੁੱਲ ਹੋਈ ਪਈ ਨਹਿਰ, ਵਿਊ ਬੜਾ ਸੋਹਣਾ ਇੱਥੋਂ, ਬ੍ਰਿਕਸ਼ ਬਰੁਕਸ਼ ਲੱਗੇ ਨਾ ਬੜੇ ਸੋਹਣੇ ਲੱਗਦੇ। ਨਾਲੇ ਗੁਰਬਾਜ ਨੇ ਇੱਧਰੋਂ ਲੈ ਲਈਏ ਪੌਣ, ਅਤੇ ਨਾਲ ਸਮਾਨ ਲੈ ਲਈਏ ਇੱਧਰੋਂ। ਵੀਹ ਵਾਲੀ ਦੇ ਦਿਓ ਫਿਰ, ਵੀਹ ਵਾਲੀ ਦੇ ਦਿਓ, ਦੁੱਧ ਦੁੱਧ ਖੁੱਲ੍ਹਣਾ ਚਾਹੀਦਾ, ਸਾਨੂੰ ਦੁੱਧ ਦੁੱਧ ਲੈ ਲਿਆ, ਹੋਰ ਸਮਾਨ ਵੀ ਲੈ ਲਿਆ, ਹੁਣ ਚੱਲਦੇ ਹੁਣ ਘਰ। ਲਓ ਜੀ, ਪਹੁੰਚ ਗਏ ਘਰ,
ਆਉਂਦਿਆਂ ਨੂੰ ਪਹਿਲਾਂ ਹੀ ਮੈਂ ਬਹਿ ਗਿਆ 10 ਮਿੰਟ, ਗਰਮੀ ਬੜੀ। ਠੀਕ ਨੇ ਧਰਤੀ ਆ ਖੀਰ, ਖੀਰ ਰਜਾ ਰਜਾ ਕੇ ਵਧੀਆ ਤਰੀਕੇ ਨਾਲ ਬਣਾਉਂਗੇ। ਚਲੋ ਵਧੀਆ, ਮੈਦਾ ਘੋਲ ਲਿਆ। ਔਰ ਕੂੜੇ ਗੁਰਬਾਜ ਸਿੰਘ, ਕੂੜੇ ਮਾਲ ਕੂੜੇ ਬਣਦੇ ਹੋਏ, ਮਾਲ ਕੂੜੇ ਗੁਰਬਾਜ ਸਿੰਘ ਹੀ ਵੇਖਣ ਡਿਆ, ਮਾਲ ਕੂੜੇ ਬਣਾਉਂਦੇ। ਸਾਹਮਣੀ ਸਾਈਡ ਨਾ ਅੱਧਾ ਸੱਪ ਬਾਹਰ ਆ ਅਤੇ ਅੱਧਾ ਰੋਡ 'ਚ ਵੜਿਆ। ਉਹ ਅੱਧਾ ਅੰਦਰ ਆ ਅਤੇ ਅੱਧਾ ਬਾਹਰ ਆ, ਬੈਠਾ ਆ ਉੱਥੇ ਹੀ, ਹਿੱਲਣ ਨਹੀਂ ਡਿਆ, ਕੋਈ ਖਾਣ ਡਿਆ ਆਪਦਾ। ਉਹ ਅੱਧਾ ਵਿੱਚ ਹੀ ਵੜਿਆ, ਘਾਹ 'ਚ ਹੀ ਰਲਿਆ ਪਿਆ ਨਾਲ ਹੀ। ਲਓ ਜੀ, ਲਗਭਗ ਕੂੜੇ ਕਰ ਲਏ ਆਪਾਂ ਤਿਆਰ, ਇਹ ਰੱਖ ਲਏ ਗਰਮ ਇਹਦੇ ਵਿੱਚ ਬੋਕਸ 'ਚ, ਅਤੇ ਮੈਂ ਥੋੜ੍ਹੇ ਕਹਿ ਕੇ ਖਾਣੇ, ਗਰਮੀ ਬੜੀ ਯਾਰ, ਬਾਹਰ ਪੈ ਗਈ, ਇਰਾਦਾ ਮੈਂ ਨਵਾ ਵੂ ਲੈ ਲਈਏ। ਇੱਧਰ ਫਾਟਕ ਬੰਦ ਹੋਇਆ, ਇੱਧਰ ਫਾਟਕ ਬੰਦ ਕੀਤਾ, ਨੋ ਐਂਟਰੀ ਕਹਿੰਦੇ, ਸਾਈਡ ਜੀਰੋ ਲੰਘ ਜਾਂਦੇ ਹਾਂ, ਪਰ ਮੈਂ ਬਾਹਰ ਹਵਾ ਲੈ ਲਈਏ ਯਾਰ, ਫ੍ਰੀ ਤਾਂ ਬਹਿ ਗਈ ਡਾ ਕੇ ਕੁਰਸੀ। ਇਹ ਵੇਲੇ ਹਵਾ ਠੰਡੀ ਹੋ ਜਾਂਦੀ ਬਾਹਰ, ਹੈ ਨਾ, ਇਹ ਵੇਲੇ ਫਰਕ ਪੈ ਜਾਂਦਾ, ਮੈਂ ਹਵਾ ਦਾ ਠੰਡੀ ਹੋ ਜਾਂਦੀ ਬਾਹਰ, ਪੱਖਾ ਲਾ ਲਈਦਾ, ਨਜ਼ਾਰੇ ਵੱਜੇ ਪਏ ਆ ਪੂਰੇ, ਠੰਡੀ ਠੰਡੀ ਹਵਾ ਦਾ ਆਨੰਦ ਲੈਂਦੇ ਹਾਂ ਬਾਹਰ ਬਹਿ ਕੇ। ਗਰਮੀ ਦੇ ਭਰਾਵਾ ਆਤੀ ਕਰਾਈ ਜਾਣ ਦੀ ਹੈ ਬਹੁਤ ਜ਼ਿਆਦਾ, ਕਿਉਂਕਿ ਸਾਡੇ ਨਾਲ ਦੇ ਪਿਛਲੇ ਬੰਨੇ ਨਾ ਪੈਲੀ ਆ, ਅਤੇ ਪੈਲੀ ਵਿੱਚ ਜਿਹੜਾ ਆਪਣਾ ਲੱਗਾ ਹੁੰਦਾ ਨਾ ਝੋਨਾ, ਆਹੋ ਨਾ ਝੋਨਾ ਲੱਗਾ, ਉਹਦੇ ਕਰਕੇ ਲਾਗੇ ਸਗੋਂ ਜ਼ਿਆਦਾ ਹੀ ਆ, ਮਤਲਬ ਕੰਮ ਖਰਾਬ ਆ ਥੋੜ੍ਹਾ ਜਿਹਾ, ਆਹ ਭੜਾਸ ਜੀ ਵੱਜਦੀ ਝੋਨੇ ਦੀ ਵੀ, ਆਹ ਪਰਲੇ ਬੰਨੇ ਝੋਨਾ ਲੱਗਾ, ਆਹ ਵੇਖੋ ਵਾਲੀ ਸਾਈਡ 'ਤੇ ਸਾਰਾ ਝੋਨਾ ਲੱਗਾ। ਸਾਰਾ ਝੋਨਾ ਲੱਗਾ ਨਾ, ਇਸ ਕਰਕੇ ਪੜਾਸ ਵੱਜਦੀ ਆ ਪੂਰੀ। ਚਲੋ ਹੋ ਜੂ ਠਾਈ, ਥੋੜ੍ਹੇ ਦਿਨਾਂ ਦਾ ਕੰਮ ਆ ਬਾਈ, ਮੌਸਮ ਦਾ ਵੀ ਫਰਕ ਸੁੱਖਣਾ ਪੈ ਹੀ ਜਾਣਾ ਵਾ, ਅਤੇ ਵਧੀਆ ਜੀ ਹੋਰ ਕੰਮ। ਮੈਂ ਕਿਹਾ ਆਪਣਾ ਕੈਮਰੇ 'ਚ ਕਿੰਨੀ ਆ, ਮਤਲਬ ਸਲੋਅ ਹੁੰਦਾ ਪੱਖਾ, ਹੋਰ ਕੈਮਰੇ ਹੁੰਦਾ ਕਿੰਨਾ ਸਲੋਅ ਹੁੰਦਾ, ਅਤੇ ਆ ਜਿਹੜਾ ਵਿੱਚ ਛੋਟਾ ਕਰ ਲਈਦਾ, ਕਾਫੀ ਤੇਜ਼ ਚੱਲਣ ਡਿਆ ਪੱਖਾ, ਕੈਮਰੇ ਬੜਾ ਸਲੋਅ ਜਿਹਾ ਆਉਣ ਡਿਆ, ਬਸ ਥੱਕ ਜੋ ਗਿਆ ਜੋ।
ਬਸ ਕਰੋ ਬਸ। ਲਓ ਜੀ ਹੁਣ ਹੋਏ ਹਾਂ ਫ੍ਰੀ, ਗਰਮੀ ਬੜੀ, ਦਿਲ ਕੀਤਾ ਹੁਣ ਕਿ ਖੀਰ ਪੂੜੇ ਖਾ ਲਈਏ। ਆਪਾਂ ਖਾਂਦੇ ਖੀਰ ਪੂੜੇ, ਗੁਰਬਾਜ ਸਾਹਿਬ ਖਾਣੇ ਜੇ, ਗੁਰਬਾਜ ਸਾਹਿਬ ਨੇ ਵੀ ਖਾਣੇ ਆ ਅਤੇ ਆਪਾਂ ਵੀ ਖਾਣੇ ਆ, ਹੈ ਨਾ ਜੀ। ਜੰਮੀ ਆ ਨਾ ਗੁਰਬਾਜ ਨੇ, ਪਹਿਲਾਂ ਵੀ ਖਾਧੇ ਸੀ ਥੋੜ੍ਹੇ ਜਿਹੇ, ਜੰਮੀ ਸੀ। ਹਾਂ ਜੰਮ ਲਓ ਜੀ, ਇੱਧਰ ਆ ਗਏ ਆਪਣੇ ਬਣ ਕੇ ਖੀਰ ਪੂੜੇ, ਸਭ ਖਾਂਦੇ ਜੀ ਖੀਰ ਪੂੜੇ। ਨਾਲ ਆ ਗਈ ਜੀ ਆਪਣੀ ਠੰਡੀ ਠੰਡੀ ਖੀਰ, ਆਪਾਂ ਨਾ ਠੰਡੇ ਕਰਕੇ ਖਾਂਦੇ ਜ਼ਿਆਦਾ ਸਵਾਦ ਲੱਗਦੇ ਆ, ਅਤੇ ਕਈਆਂ ਨੂੰ ਗਰਮ ਪਸੰਦ ਆ, ਆਪਣੀ ਚੁਆਇਸ ਹੈ, ਸਾਨੂੰ ਠੰਡੇ ਪਸੰਦ ਆ। ਜਦੋਂ ਫਰਿੱਜ 'ਚ ਲਾ ਕੇ ਉਸ ਤੋਂ ਬਾਅਦ ਖਾਈਓ, ਜ਼ਿਆਦਾ ਵਧੀਆ ਲੱਗਦਾ ਔਰ ਸਵਾਦ ਆ। ਕਰਦੇ ਹਾਂ ਜੀ ਟੇਸਟ, ਬਹੁਤ ਸਵਾਦ ਆ, ਪੂਰਾ ਮਜ਼ੇਦਾਰ ਆ। ਪੀਜ ਨੰਬਰ ਲੱਗ ਗਈ ਆ, ਵਧੀਆ ਸਵਾਦ ਬਣਾਇਆ ਕੰਮ, ਬਹੁਤ ਵਧੀਆ। ਡੈਡੀ ਨੇ ਪੂੜੇ ਬਣਾ ਲਏ ਅਤੇ ਇਹਨੇ ਖੀਰ ਬਣਾ ਲਈ, ਸੋ ਬਹੁਤ ਸਵਾਦ ਬਣੇ, ਪੂਰੇ ਨਜ਼ਾਰੇ ਦਾ ਤੁਹਾਨੂੰ ਪਤਾ। ਸਾਉਣ ਦੇ ਮਹੀਨੇ ਦੇ ਫੇਵਰੇਟ ਆ, ਅਤੇ ਸਾਉਣ ਦੇ ਮਹੀਨੇ 'ਚ ਆਪਣਾ ਖੀਰ ਪੂੜੇ ਦੁਕਾਨਾਂ 'ਤੇ ਵੀ ਆਮ ਮਿਲ ਜਾਂਦੇ ਆ, ਸੋ ਮਜ਼ਾ ਵੀ ਸਾਉਣ ਦੇ ਮਹੀਨੇ 'ਚ ਹੀ ਹੁੰਦਾ ਖਾਣ ਪੀਣ ਦਾ ਮਜ਼ਾ, ਨਾ ਸਾਉਣ ਦੇ ਮਹੀਨੇ 'ਚ ਹੀ ਆਉਂਦਾ ਇਹਦਾ ਖੀਰ ਪੂੜਿਆਂ ਦਾ। ਜਦੋਂ ਕਹਿੰਦੇ ਨਾ ਦਿਨਾਂ ਦਾ ਹਿਸਾਬ ਨਾਲ ਚੀਜ਼ ਵਧੀਆ ਲੱਗਦੀ, ਉਹ ਹਿਸਾਬ ਆ, ਸੋ ਇਹ ਦਿਨ ਹੁੰਦੇ ਆ ਖੀਰ ਪੂੜਿਆਂ ਦੇ, ਬਹੁਤ ਵਧੀਆ ਮਜ਼ੇਦਾਰ ਜੀ। ਕਿੱਦਾਂ ਲੱਗੇ ਸਰ, ਘੈਂਟ ਆ ਨਾ, ਵਧੀਆ ਖਾਂਦੇ ਹਾਂ ਜੀ। ਦਿਲ ਕਰਦਾ ਫਟਾਫਟ ਖਾਈ ਜਾਈਏ, ਬਸ ਇੰਨੇ ਸਵਾਦੀ ਬਣੇ। ਗੁਰਬਾਜ ਸਾਹਿਬ ਸ਼ਹੀਦ ਸਾਹਿਬ ਗਏ ਅਤੇ ਲੈ ਕੇ ਆਏ ਆਪਣਾ ਜਾਮਣ ਦੇ ਖਾਣੇ। ਖਲੋ ਖਾ ਲਓ ਪ੍ਰੀਤ। ਹਾਂ ਅੱਛਾ, ਇਕੱਲਾ ਕਹਿੰਦਾ ਮੈਂ ਇਕੱਲੇ ਖਾਣੇ, ਚਲੋ ਕੋਈ ਨਹੀਂ, ਹੈਂ ਚਲੋ ਖਾ ਲਓ ਖਾ ਲਓ, ਤੁਸੀਂ ਖਾ ਲਓ ਕੋਈ ਨਹੀਂ। ਗੁਰਬਾਜ ਸਾਹਿਬ ਸਿਆਣੇ, ਧਿਆਨ ਨਾਲ ਪਤਾ ਗਿੜਕ ਹੁੰਦੀ ਆ, ਠੀਕ ਹੈ, ਗਿੜਕ ਕੱਢ ਕੇ ਖਾਣਾ। ਹਾਂਜੀ ਜੀ, ਨਾਲ ਮੇਰੇ ਕੁਝ ਖਾਸ ਭੈਣ ਭਰਾ ਕੁਛ ਕਿ ਸਾਡਾ ਵੀ ਨਾਲ ਲਓ ਵਲੋਗ ਦੇ ਵਿੱਚ। ਇੱਕ ਮੇਰੀ ਭੈਣ ਹੈਗੀ ਹੈ ਜੀ ਸੁਰਿੰਦਰ ਕੌਰ ਜੀ ਬੰਗੇ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਰਣਜੀਤ ਕੌਰ ਜੀ ਤਰਨ ਤਾਰਨ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਸ਼ਲੀਨ ਕੌਰ ਜੀ ਸਪੇਨ ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਗੁਰਪ੍ਰੀਤ ਕੌਰ ਜੀ ਤਰਨ ਤਾਰਨ ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਕਮਲਜੀਤ ਕੌਰ ਜੀ ਢਿੱਲੋਂ USA ਤੋਂ, ਨਾਲ ਮੇਰੀ ਇੱਕ ਹੋਰ ਭੈਣ ਹੈਗੀ ਹੈ ਜੀ ਜਸਮੀਤ ਕੌਰ ਜੀ ਢੀਡਸਾ ਹਰੀਗੜ੍ਹ ਕੇਲਾ ਸੰਗਰੂਰ ਤੋਂ। ਅਤੇ ਕਿਸੇ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਪਾਣੀ ਦੀ ਟੈਂਕੀ ਬਾਰੇ ਬਿੱਲ ਬਾਰੇ ਕੁਛ ਕਹਿ ਰਹੇ, ਕੁਝ ਮੈਨੂੰ ਗੱਲ ਸਮਝ ਹੀ ਨਹੀਂ ਆਈ ਪੂਰੀ ਤਰ੍ਹਾਂ, ਅਤੇ ਮੇਰੀ ਭੈਣ ਨੂੰ ਇਹ ਰਿਕੁਐਸਟ ਹੈ ਕਿ ਮੇਰੀ ਇੰਸਟਾਗ੍ਰਾਮ ਆਈਡੀ ਹੈਗੀ ਹੈ ਦੀਪ ਤਨੂੰ 11, ਅਤੇ ਉੱਥੇ ਜਾ ਕੇ ਮੈਨੂੰ ਮੈਸੇਜ ਕਰੋ, ਉੱਥੇ ਮੇਰੇ ਨਾਲ ਗੱਲਬਾਤ ਕਰੋ, ਫਿਰ ਮੈਂ ਤੁਹਾਡੇ ਕਮੈਂਟ ਦਾ ਜਿਹੜਾ ਜਵਾਬ ਤੁਹਾਨੂੰ ਸਹੀ ਤਰੀਕੇ ਨਾਲ ਦੇ ਸਕਾਂਗਾ। ਧੰਨਵਾਦ ਜੀ। ਹਾਂਜੀ ਜੀ, ਫਿਰ ਕਿੱਦਾਂ ਲੱਗਾ ਅੱਜ ਦਾ ਵਲੌਗ, ਜੇ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ, ਅਤੇ ਨਾਲ ਦੇ ਨਾਲ ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ। ਮਿਲਦੇ ਆ ਸੋਹਣੇ ਜਿਹੇ ਫੈਮਿਲੀ ਵਲੌਗ ਦੇ ਨਾਲ, ਬਾਏ ਬਾਏ।